ਤਾ ਇਹਦੇ ਨਾਲ ਆਪਾਂ ਅੱਗੇ ਵੱਲ ਨੂੰ ਚੱਲ ਗਏ ਜੀ ਮਿੰਟੂ ਜੀ ਇਧਰੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਆ ਜਿਹੜੇ ਖਾਸ ਕਰਕੇ ਕੋਈ ਸਰਟੀਫਿਕੇਟ ਕਿਸੇ ਨੇ ਕੋਈ ਤਸਦੀਕ ਕਰਾਉਣਾ ਕੋਈ ਟੈਸਟ ਕਰਾਉਣਾ ਇਹ ਕੰਮਕਾਜ ਬੜੇ ਪ੍ਰਭਾਵਤ ਹੁੰਦੇ ਆ ਕਿਉਂਕਿ ਪਿਛਲੇ ਤਾਂ ਪਟਵਾਰੀਆਂ ਵਾਲਾ ਵੀ ਚੱਲ ਰਿਹਾ ਸੀ ਕੰਮ ਉਹਨਾਂ ਨੇ ਆਪਦੇ ਵਾਧੂ ਸਰਕਲ ਛੱਡੇ ਹੋਏ ਸੀਗੇ ਲੋਕ ਬਹੁਤ ਖਜਲਖਵਾਰ ਹੋ ਰਹੇ ਸੀਗੇ ਹੁਣ ਕਿਹਦੀ ਕਿਹਦੀ ਡਿਊਟੀ ਲਾ ਦਿੱਤੀ ਇਹਦੇ ਵਿੱਚ ਸਰਟੀਫਿਕੇਟ ਤੇ ਟੈਸਟ ਕਰਨ ਦੇ ਵਿੱਚ ਨਹੀਂ ਇਕੱਲੇ ਉਹ ਜਿਹੜੇ ਪਟਵਾਰੀ ਸਰਕਲ ਛੱਡ ਕੇ ਬੈਠੇ ਉਹਦੇ ਨਾਲ ਇਹ ਕੰਪਰਵਾਵਤ ਨੇ ਹੁੰਦੇ ਤੁਸੀਂ ਸੋਚ ਕੇ ਵੇਖੋ ਕਿ ਵੋਟਾਂ ਵੀ ਤੇ ਉਹਨਾਂ ਦੇ ਥਰੂ ਬਣ ਰਹੀਆਂ ਨੇ ਐ ਐਸਜੀਪੀਸੀ ਦੀਆਂ ਹਾਂਜੀ ਤੇ 3200 ਸਮਥਿੰਗ ਹੈਗੇ ਨੇ ਮੈਨੂੰ ਲੱਗਦਾ ਸਰਕਲ ਹੈ ਜੀ 3000 ਤੋਂ ਉੱਤੇ ਨੇ ਚਲੋ ਮੋਟਾ ਜਿਹਾ ਲਾ ਲਓ ਇਹਨੂੰ ਜੇ ਤੁਸੀਂ 2 ਜਾਂ 2.5 ਨਾਲ ਹੀ ਗੁਣਾ ਕਰ ਲਓ ਤਾਂ ਕਿੰਨੇ ਪਿੰਡ ਹੋ ਗਏ ਜੀ 6-7000 ਪਿੰਡ ਹੋ ਗਏ ਜੀ ਯਾਨੀ ਪੰਜਾਬ ਦਾ ਅੱਧ ਤੇ ਜਿਹੜੇ ਸਿੱਖ ਵੋਟਰ ਐਸਜੀਪੀਸੀ ਵਾਸਤੇ ਵੋਟਾਂ ਬਣਾਉਣ 'ਚ ਰੁਝੇ ਹੋਏ ਨੇ ਜਾਂ ਬਣਵਾਉਣ 'ਚ ਰੁਝੇ ਹੋਏ ਨੇ ਉਹਨਾਂ ਵਾਸਤੇ ਤੇ ਮੁਸ਼ਕਲ ਹੈ ਨਾ ਖਾਸ ਤੌਰ ਤੇ ਪਿੰਡੂਆਂ ਲਈ ਜੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਮਸਲਾ ਰਹੇਗਾ ਕਿ ਕੀ ਹੁਣ ਇਹ ਕੰਮ ਵੀ ਕਰ ਦੇਣਗੇ ਜਿਹੜੇ ਬੰਦਿਆਂ ਨੂੰ ਹੁਣ ਤੁਸੀਂ ਅਪਾਇੰਟ ਕਰ ਦਿੱਤਾ ਹੈ ਮਸਲਨ ਕੋਈ ਗੈਜਟਿਡ ਅਫਸਰ ਆ ਉਹ ਹੁਣ ਸਰਟੀਫਿਕੇਟ ਤਸਦੀਕ ਕਰ ਸਕਦਾ ਆ ਜੀ ਹੈਡਮਾਸਟਰ ਆ ਜਾਂ ਪ੍ਰਿੰਸੀਪਲ ਆ ਉਹ ਕਰ ਸਕਦਾ ਆ ਜੀ ਪੰਚਾਇਤ ਸੈਕਟਰੀ ਨੂੰ ਵੀ ਪਾਵਨਾ ਦੇ ਦਿੱਤੀਆਂ ਨੇ ਜੀ ਸ਼ਾਇਦ ਨੰਬਰਦਾਰ ਨੂੰ ਵੀ ਪਾਵਰ ਦਿੱਤੀ ਹੈ ਪਤਾ ਨਹੀਂ ਪੱਕਾ ਨਹੀਂ ਹੈ ਨੰਬਰਦਾਰ ਨੂੰ ਵੀ ਸ਼ਾਇਦ ਦਿੱਤੀ ਹੈ ਪਾਵਰ ਜੀ ਮਤਲਬ ਕਿ ਇਹ ਸਾਰਾ ਕੁਝ ਆ ਇਸ ਤੋਂ ਇਲਾਵਾ ਤਹਿਸੀਲਦਾਰਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆ ਜੋ ਸਟੇ ਦਾ ਮਸਲਾ ਹੁੰਦਾ ਹੈ ਜੱਤ ਬਾਦ ਲੇਤ ਬੁੱਦਲੇ ਉਹ ਸਾਰਾ ਰਿਕਾਰਡ ਤੁਸੀਂ ਦੇਖੋ ਜੀ ਫਿਰ ਆ ਜਿਹੜੀ ਹੁੰਦੀ ਹੈ ਕਲੈਕਟਰ ਰੇਟ ਦੀ ਜਿਹੜੀ ਰਿਪੋਰਟ ਜਾਂ ਕੁਝ ਐਸੇ ਹੋਰ ਕੰਮ ਰਜਿਸਟਰੀ ਕਲਰਕ ਨੂੰ ਕਹਿ ਦਿੱਤਾ ਕਿ ਤੂੰ ਕਰੇਗਾ ਭਾਈ ਜਿਹੜੇ ਰਜਿਸਟਰਾਰ ਬੈਠੇ ਹੁੰਦੇ ਤੁਹਾਨੂੰ ਪਤਾ ਇਹਨਾਂ ਦਾ ਆਪਣਾ ਸਟਾਫ ਹੁੰਦਾ ਸੋ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਮਾਸਟਰਾਂ ਨੂੰ ਵੀ ਕੰਮ ਦੇ ਦਿੱਤਾ ਵਿੱਚ ਤੇ ਮਾਸਟਰ ਜੀ ਦੇ ਲੜਕੇ ਕੀ ਕਰਕੇ ਆਟੇ ਸੀਗੇ ਕਹਿੰਦੇ ਸੀਗੇ ਕਿ ਫालतू ਕੰਮ ਨਹੀਂ ਦੇਣਾ ਆਹ ਟੀਚਰਸ ਦੇ ਹੜੇ ਤੇ ਇਹਨਾਂ ਨੇ ਕਿਹਾ ਸੀਗਾ ਮੇਰੇ ਨਾਲ ਇਹ ਤਾਂ ਰਿਪੀਟ ਹੀ ਹੋ ਗਈ ਗੱਲ ਦੋ ਤਿੰਨ ਵਾਰੀ ਮੈਨੂੰ ਲੱਗਦਾ ਹਾਂਜੀ ਉਹਨਾਂ ਹਾਂਜੀ ਉਹਨਾਂ ਨੇ ਗੱਲ ਕਹੀ ਸੀਗੀ ਜੀ ਤਾਂ ਕਹਿੰਦਾ ਮਤਲਬ ਕਿ ਉਹਨਾਂ ਤੇ ਐਕਸਟਰਾ ਹੋਰ ਕੰਮ ਜੀ ਹਾਲਾਂਕਿ ਚਲੋ ਹੈਡ ਟੀਚਰ ਆ ਕੋਈ ਪ੍ਰਿੰਸੀਪਲ ਆ ਪਰ ਉਹਦਾ ਵੀ ਤੇ ਸਕੂਲ ਦੇ ਵਿੱਚ ਜੋ ਅਕਾਦਮਿਕ ਕੰਮ ਕਰ ਰਿਹਾ ਉਹ ਹੀ ਹੋਣਾ ਚਾਹੀਦਾ ਹੈ ਨਾ ਜੀ ਸੋ ਇਹ ਆ ਕੇ ਇੱਕ ਪਾਸੇ ਕਹਿਣਾ ਕਿ ਅਸੀਂ ਟੀਚਰਾਂ ਨੂੰ ਫ੍ਰੀ ਕੀਤਾ ਤੇ ਉਹ ਸਿਰਫ ਅਕਾਦਮਿਕ ਕੰਮ ਕਰ ਕਰਨਗੇ ਦੂਸਰੇ ਪਾਸੇ ਆ ਜਿਸਾਂ ਵੀ ਆ ਤੇ ਹੁਣ ਕਹ ਲਓ ਕਿ ਨਾਲ ਇਹ ਨੰਬਰਦਾਰ ਚਲੋ ਨੰਬਰਦਾਰਾਂ ਕੋਲ ਤੇ ਹੁਣ ਉਹਨਾਂ ਕੰਮ ਨਹੀਂ ਹੈਗਾ ਪਿਛਾਂ ਜਿੰਨਾ ਕੰਮ ਹੁੰਦਾ ਸੀਗਾ ਮਾਮਲੇ-ਮਾਮਲੇ ਉਗਰਾਉਣੇ ਚਲੋ ਤੇ ਕੀ ਕਰ ਸਕਦੇ ਆ ਪਰ ਇਹੀ ਹੈ ਕਿ ਜਿਹੜੇ ਤੁਸੀਂ ਪੈਨ ਦੀ ਗੱਲ ਕਰਦੇ ਸੀ ਹਰੇ ਪੈਨ ਦੀ ਖਾਸ ਕਰਕੇ ਬਚਨ ਬੇਦਲ ਦਾ ਇੱਕ ਗੀਤ ਸੀ ਉਹਦੇ ਚ ਬੇਦਲ ਨੇ ਕਿਹਾ ਸੀਗਾ ਐਨੀ ਰਕ ਇੰਨੀ ਗੱਲ ਰੱਖੀ ਯਾਦ ਕਿ ਬੇਦਿਲ ਦੀ ਕਲਮ ਨਹੀਂ ਟੁੱਟੀ ਨਾ ਮੁੱਕੇ ਜਜ਼ਬਾਤ ਇਹਦੇ ਨਾ ਸ਼ਾਹੀ ਮੁੱਕੇ ਜੀ ਮੈਂ ਮਤਲਬ ਕਿ ਹੁਣ ਤੁਸੀਂ ਕਹਿੰਦੇ ਸੀ ਇਸ ਕਲਮ ਚ ਇਸ ਹਰੇ ਪੈਨ ਚ ਸ਼ਾਈ ਨਹੀਂ ਮੁੱਕਣੀ ਹੁਣ ਸ਼ਾਈ ਕਿਉਂ ਸੁੱਕ ਗਈ ਆ ਜੀ ਤੁਸੀਂ ਨਵੇਂ ਪਟਵਾਰੀ ਭਰਤੀ ਕਰਨ ਦੀ ਗੱਲ ਕਹੀ ਸੀ ਕਿ ਨਹੀਂ ਕਹੀ ਜੀ ਹੁਣ ਜਵਾਬ ਨੂੰ ਪੂਰਾ ਕਰ ਦਿਓ ਨਾਲੇ ਰੁਜ਼ਗਾਰ ਮਿਲੇਗਾ ਸਗਰੀ ਤੁਸੀਂ ਤਾਂ ਰਿਟਾਇਰਡ ਲਾ ਤੇ ਦੁਬਾਰਾ ਤੁਹਾਡੇ ਕੋਲ ਤੇ ਹਾਂ ਜੀ 6-700 ਦੇ ਕਰੀਬ 500 ਦੇ ਕਰੀਬ ਉਹਨਾਂ ਨੇ ਲਿਆਂਦੇ ਨੇ ਜੀ ਜੀ ਕੋਈ ਨਾਲੇ ਤੁਹਾਡਾ ਅੰਕੜਾ ਵੀ ਵਧੇਗਾ ਨਾ ਜਿੱਥੇ 37000 ਨੌਕਰੀ ਕਹਿੰਦੇ ਜੋ 40 ਹੋ ਜਾਗੀ ਤੇ 3000 ਅਸੀਂ ਨਾ ਮੈਂ ਪਟਵਾਰੀ ਵੀ ਭਰਤੀ ਕਰ ਦਿੱਤਾ ਹੈ ਤੇ ਪੀਨੀਅਰ ਮਗਰ ਕੋਈ ਇੱਕ ਇੱਕ ਦੋ ਦੋ ਬੰਦੇ ਹੋਣਗੇ ਮਿੰਟੂ ਜੀ ਘਰ ਦੇ ਉਹ ਵੀ ਨਾਲ ਜੁੜਦਗੇ ਨਾ ਜੀ ਬਿਲਕੁਲ ਉਹੀ ਹੈ ਨਾ ਹਾਂਜੀ ਇਹ ਸਾਡੇ ਜਵਾਕ ਨੂੰ ਮੁੰਡੇ ਦੀ ਪੁੱਤ ਨੂੰ ਰੋਜ਼ਗਾਰ ਮਿਲਦਾ। ਉਹੀ ਹੈ ਨਾ ਕਿ ਭਾਈ ਹੁਣ ਕੰਮਕਾਰ ਜਿਹੜਾ ਤੁਸੀਂ ਉਹ ਐਕਸਟਰਾ ਦਿੱਤਾ ਨਾ ਕਿ ਮਤਲਬ ਕਿ ਉਸ ਪੋਸਟ ਵਾਲੀ ਜਿਹੜੀ ਜੌਬ ਬਣਦੀ ਸੀ ਉਸ ਉਸ ਦਾ ਜੌਬ ਦਾ ਰੋਜ਼ਗਾਰ ਦਿੰਦਾ ਹੈ। ਰੋਜ਼ਗਾਰ ਦਿੰਦਾ। ਜੀ 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 ਜੀ। ਤਾਂ ਇਹਦੇ ਨਾਲ ਮੈਂ ਕੋਈ ਕਮੈਂਟ ਲੈਣਾ ਜੀ ਭੂਰਾ ਜੀ ਕਹਿੰਦੇ ਹਾਂ ਜੀ ਦਿੱਤਾ ਨੰਬਰਦਾਰਨ ਵੀ ਟੈਸਟਿੰਗ ਦਾ ਮਨਜ਼ੂਰੀ ਦੇ ਦਿੱਤੀ ਹੈ ਜੀ। ਤੇ ਇਸ ਦੇ ਨਾਲ ਜੱਟ ਪੰਜਾਬੀ ਇਹ ਕਹਰੇ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਨਾਲ ਹੀ ਮਿੰਟੂ ਜੀ ਸਖਪਾਲ ਸਿੰਘ ਖਹਿਰਾ ਬਾਰੇ ਕੋਈ ਅਪਡੇਟ ਹੈ ਤਾਂ ਦੱਸਿਓ ਮਿੰਟੂ ਜੀ ਸਰਜੀਤਪੁਰ ਜੀ ਪੁੱਛ ਰਿਹਾ ਮੇਰੇ ਖਿਆਲ ਨਾਲ ਤਾਂ ਸ਼ਤ ਕੋਈ ਅਪਡੇਟ ਤਾਂ ਐ ਨਹੀਂ ਸਖਪਾਲ ਉਹ ਹਾਈ ਕੋਰਟ ਗਏ ਨੇ ਦੁਬਾਰਾ ਜੀ ਜਾ ਕੇ ਉਹਨਾਂ ਨੇ ਚਾਰਾ ਜੋਈ ਕੀਤੀ ਆ ਕਿ ਭਈ ਸਖਪਾਲ ਸਿੰਘ ਖਹਿਰਾ ਜੇ ਕਿਸੇ ਵੀ ਮਾਮਲੇ 'ਚ ਗਾ ਨਾਮਜ਼ਦ ਜਾਂ ਗ੍ਰਿਫਤਾਰੀ ਪਾਉਣੀ ਹੈ ਜਾਂ ਕੁਝ ਵੀ ਕਰਨਾ ਹੈ ਤਾਂ ਉਹ ਇੱਕ ਰਾਹਤ ਦਿਓ ਟਰਮ ਰੀਲੀਫ ਹੋਣੀ ਚਾਹੀਦੀ ਆ ਕਿ 7 ਦਿਨ ਪਹਿਲਾਂ ਦਾ ਨੋਟਿਸ ਮਿਲੇ ਕਿਉਂਕਿ ਉਹਨਾਂ ਨੂੰ ਪਤਾ ਜ਼ਮਾਨਤ ਜਮਨਤ ਨੂੰ ਹੋ ਜਾਣੀ ਆ ਜੀ ਇੱਕ ਪਾਸਿਓ ਕੰਮ ਨਿਬੜ ਜਾਣਾ ਆ ਤੁਕਦੇ ਇਹਨਾਂ ਹੋਵੇ ਕਿ ਦੂਸਰੇ ਪਾਸੇ ਫਸ ਜੀ ਗੀ ਕੁਲਵੀਰ ਜੀਰੇ ਵਾਲੀ ਗੱਲ ਚੱਲਣੀ ਹੈ ਹਾਂਜੀ ਜੀ 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 ਤਾਂ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਦੇਖ ਲੈਣਾ ਇੱਕ ਵਾਰੀ ਇਧਰੋਂ ਇਹ ਵੀਰ ਕਰੇ ਇੱਕ ਆਪਣਾ ਮੂਵੀ ਕੰਬੀਨੇਸ਼ਨ ਕਰਨੇ ਜੀ ਜੇ ਆਮ ਆਰਮੀ ਪਾਰਟੀ ਆਪ ਸਰਕਾਰ ਕੰਮ ਕਰੇ ਤਾਂ ਐਡ ਦੇਣ ਦੀ ਲੋੜ ਹੀ ਨਹੀਂ ਪੈਣੀ ਇੰਦਾਂ ਨੂੰ ਇਹ ਵੀ ਗੱਲ ਠੀਕ ਹੈ ਬਾਈ ਫਿਰ ਆਪਣੇ ਮਸ਼ਹੂਰੀ ਹੋਏਗੀ ਹਾਂ ਫਿਰ ਪੰਜਾਬੀ ਪੂਰੀ ਦੁਨੀਆ ਚ ਵਸਦੇ ਇਹਨਾਂ ਨੇ ਤੇ ਆਪ ਹੀ ਪ੍ਰਚਾਰ ਬਤਾਰਾ ਕਰ ਹਾਂ ਬਿਲਕੁਲ ਤੇ ਕਿੰਨੇ ਬੰਦੇ ਤੁਹਾਡੇ ਨਾਲ ਜੁੜਨਗੇ ਜਿਹੜੇ ਆਪਣੇ ਮਸ਼ਹੂਰੀ ਕਰਨਗੇ ਤੇ ਇਸ ਤੋਂ ਇਲਾਵਾ ਮੈਂ ਕੁਝ ਹੋਰ ਦੇਖ ਲੈਣਾ ਮਿੰਟੂ ਜੀ ਅਸੀਂ ਮਾਸਟਰ ਪਹਿਲਾਂ ਮੰਗੀ ਕੰਮ ਕਰ ਰਹੇ ਆਂ ਇਧਰੋਂ ਰਾਜਨ ਜੀ ਕਹਿ ਰਹੇ ਆ ਮਿੰਟੂ ਜੀ ਕਹਿੰਨੇ ਕਿ ਹਾਂ ਜੀ ਵੀ ਕੋਈ ਡਿਊਟੀ ਨਹੀਂ ਘਟ ਗਈ ਸਾਡਾਂ ਤਾਂ ਬਿੱਕਰ ਜੀ ਕਰੇ ਜੇਕਰ ਮਾਸਟਰ 2 ਵਜੇ ਤੋਂ ਬਾਅਦ ਬੋਟਾਂ ਬਣਾਉਣ ਲਈ ਕੰਮ ਕਰਦੇ ਤਾਂ ਹਰਜ ਵੀ ਕੀ ਆ ਜੀ ਪਰ ਗੱਲ ਇਹ ਵੀ ਹੁੰਦਾ ਤੇ ਹੋਰ ਵੀ ਬੜੀਆਂ ਡਿਊਟੀਆਂ ਹੁੰਦੀਆਂ ਨੇ 2 ਵਜੇ ਤੋਂ ਬਾਅਦ ਬੰਦਾ ਟਾਈਮ ਕਿਵੇਂ ਦੇਵੇ ਆਪਣੀ ਫੈਮਿਲੀ ਲਈ ਜਾਓ ਜਾਂ ਤਾਂ ਫਿਰ ਉਹਨਾਂ ਨੇ ਤੁਸੀਂ ਲੇਖ ਹੀ ਦਿਓ ਇਹ ਚੀਜ਼ਾਂ ਕਿਉਂ ਮਾਸਟਰ ਲੋਹੇ ਦੇ ਬਣੇ ਆ ਜੀ ਜੇ ਇੱਕ ਬੰਦੇ ਦਾ ਵਰਕ ਪੀਰੀਅਡ ਜਿਹੜਾ 6 ਘੰਟੇ ਦਾ ਜਾਂ 8 ਘੰਟੇ ਦਾ ਕਿ ਉਹਨਾਂ ਨੇ ਘਰੇ ਨਹੀਂ ਜਾਣਾ ਤੇ ਇੱਕ ਮਾਸਟਰ ਜਿਹਦਾ ਮਤਲਬ ਕਿ ਸਕੂਲ ਕੋਈ 10 15 ਕਿਲੋਮੀਟਰ ਵੀ ਦੂਰ ਹੈ ਨਾ ਤੋਂ ਕਟੂਕਟ 2 ਘੰਟੇ ਪਹਿਲਾਂ ਤਿਆਰੀ ਕਰਦਾ ਜੀ ਫੇਰ ਅੱਜਕੱਲ੍ਹ ਆਨਲਾਈਨ ਕੰਮ ਨੇ ਇਹਨਾਂ ਦੇ ਕਲੈਰੀਕਲ ਕੰਮ ਨੇ ਇਹਨਾਂ ਦੇ ਜੀ ਨਾਲ ਵੀ ਇਹ ਲੋਲਾ ਰੱਖਿਆ ਤੁਹਾਨੂੰ ਪਤਾ ਹੀ ਆ ਹਾਂਜੀ ਤੋਂ ਬਥੇਰੇ ਕੰਮ ਨੇ ਅਸੀਂ ਅਸੀਂ ਤਾਂ ਕਹਿੰਦੇ ਨਹੀਂ ਇੱਕ ਖੁਦ ਤੇ ਕਹਿੰਦੇ ਨੇ ਮਾਨ ਸਾਹਿਬ ਕਿ ਅਸੀਂ ਕੋਈ ਹੋਰ ਕੰਮ ਲੈਣਾ ਹੀ ਨਹੀਂ ਤੁਸੀਂ ਮਾਨ ਸਾਹਿਬ ਨੂੰ ਕਹੋ ਨਾ ਕਿ ਇਹਦੇ 'ਚ ਕੀ ਹਰਜ ਆ ਉਹ ਤੁਹਾਨੂੰ ਉੱਪਰ ਜਵਾਬ ਦੇ ਦੇਣਗੇ ਮਾਸਟਰ ਜੀ ਤੇ ਲੜਕੇ ਨੂੰ ਕਹੋ ਤੁਸੀਂ ਕਿ ਭਾਈ ਇਹਨਾਂ ਨੂੰ ਰਾਤ ਦੇ 12 ਵਜੇ ਤੱਕ ਲਈ ਰੱਖੋ ਜੀ ਕਿਉਂਕਿ ਇਹ ਕਿਹੜਾ ਬੰਦੇ ਨੇ ਸੋ ਸਰਵੋ ਤਨਖਾਹ ਲੈਂਦੇ ਨੇ ਕੋਈ ਓਵਰਟਾਈਮ ਥੋੜੀ ਆਪਾਂ ਦੇਣੇ ਉਹਨਾਂ ਨੂੰ ਜੀ ਕਿ ਹਾਂ ਬਈ ਜੇ ਘੰਟਾ ਲੱਗ ਗਿਆ ਤੇ ਤੁਹਾਡੇ ਖਾਤੇ 'ਚ ਉਹਨੇ ਪੈਸੇ ਨਾਲ ਦੀ ਨਾਲ ਪਹਿ ਜਾਣੇ ਆ ਸੋ ਇਸ ਕਰਕੇ ਮੈਂ ਮੈਂ ਤੇ ਐਸਾ ਹੱਕ ਦੇ ਵਿੱਚ ਆ ਬਈ ਅਧਿਆਪਕ ਤੋਂ ਜੋ ਗੈਰ ਅਧਿਆਪਨ ਦਾ ਕੰਮ ਲਿਆ ਜਾਂਦਾ ਉਹ ਨਹੀਂ ਲਿਆ ਜਾਣਾ ਚਾਹੀਦਾ ਮੈਂ ਹਾਂ ਤੇ ਇਸ ਸਾਈਡ ਤੇ ਹਾਂ ਜੀ ਕੰਮ ਤੁਹਾਡੇ ਕੋਲ ਹੋਰ ਨਹੀਂ ਆਗੇ ਜੀ ਤੁਸੀਂ ਆ ਬੇਰੁਜ਼ਗਾਰ ਕਿੰਨੇ ਬੱਚੇ ਆ ਪਿੰਡਾਂ 'ਚ ਕੋਈ ਕੋਈ ਪੀ ਐਚ ਡੀ ਆ ਕੋਈ ਗ੍ਰੈਜੂਏਟ ਆ ਇਹਨਾਂ ਨੂੰ ਦਿਆਖ ਰੋਖਾ ਕੰਮ ਕਿ ਲੋਬੀਆ ਸਰਗਾ ਤੁਸੀਂ ਡਾਟਾ ਇਕੱਠਾ ਕਰੋ ਆ ਕੰਮ ਕਰਨਾ ਇੰਨੇ ਪੈਸੇ ਤੁਹਾਡੇ ਅਕਾਊਂਟ 'ਚ ਹੈ ਨਾਲੇ ਆਪ ਦਾ ਉਹਨਾਂ ਦਾ ਖਰਚਾ ਵਰਚਾ ਜਿਹੜਾ ਰੜਜਾ ਕਰੂਗਾ ਕਿਉਂ ਨਹੀਂ ਹੋ ਸਕਦਾ ਇਸ ਤਰ੍ਹਾਂ ਜੀ ਜਾਂ ਇੱਕ ਇੱਕ ਇਦਾਂ ਦਾ ਡਾਟਾ ਆਪਰੇਟਰ ਪੱਕਾ ਪਿੰਡ 'ਚ ਭਰਤੀ ਕਰ ਛੱਡੋ ਪੱਕਾ ਭਰਤੀ ਕਰ ਲੋ ਹਾਂਜੀ ਠੀਕ ਹੈ ਨਾ ਜੀ ਇਹਦੇ 'ਚ ਕੀ ਜੀ 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 ਤਾਂ ਇਹਦੇ ਨਾਲ ਮੈਂ ਇੱਕ ਕੋ ਕਮੈਂਟ ਹੋਰ ਦੇਖਦਾ ਮਿੰਟੂ ਜਿੱਧਰੋਂ ਖਾਸੇ ਕਮੈਂਟ ਆ ਰਿਹਾ ਕਹਿੰਦੇ ਜੀ ਵਿਸ਼ਨ ਸਿੰਘ 베ਦੀ ਜੀ ਨਹੀਂ ਰਹੇ ਜੀ ਕਰੈਕਟਰ ਕਹਿੰਦੇ ਕਿ ਉਹਨਾਂ ਦੀ ਮੌਤ ਹੋ ਗਈ ਲੈਜੈਂਡ ਲੈਜੈਂਡ ਆਦਮੀ ਜੀ ਪੂਰੀ ਗੱਡਸ ਨਾਲ ਬੋਲਣ ਵਾਲਾ ਜੀ ਜੀ ਤਾਂ ਇਹਦੇ ਨਾਲ ਮਿੰਟੂ ਜ ਮੈਂ ਥੋੜਾ ਅੱਗੇ ਨੂੰ ਵਧ ਲਈ ਤੇ ਇਧਰ ਉਹ ਕੈਨੇਡਾ ਜੁੜੀਆਂ ਬੜੀਆਂ ਖਬਰਾਂ ਆਉਂਦੀਆਂ ਨੇ ਤੇ ਕੈਨੇਡਾ ਨਾਲ ਜੁੜੀਆਂ ਖਬਰਾਂ ਨੂੰ ਸਾਡੇ ਪੰਜਾਬੀ ਲੈਦੇ ਵੀ ਬੜਾ ਉੱਡਕੇ ਆ ਵੀ ਹਾਂ ਭਾਈ ਕੀ ਹੋ ਗਿਆ ਹੁਣ ਕਹਿੰਦੇ ਕਿ ਭਾਈ ਲੱਗਦਾ ਨਹੀਂਗਾ ਵੀ ਉਮੀਦ ਆ ਜਿਹੜੇ ਉਹ ਹਾਲਾਤ ਸੁਧਰ ਜਾਣਗੇ ਜੋ ਰਿਲੇਸ਼ਨ ਸੀਗੇ ਉਹ ਲਗਾਤਾਰ ਡਿਫਰੈਂਸਸ ਵਧੀਆਂ ਜਾਂਦੇ ਆ ਹੁਣ ਵੀ ਇਸੇ ਤਰ੍ਹਾਂ ਦੀ ਉਮੀਦ ਹੈ ਕਿ ਨਾ ਕਿ ਬਈ ਬਿਲਕੁਲ ਹੀ ਮੱਧਮ ਹੋ ਗਿਆ ਹੁਣ ਤਾਂ ਉਮੀਦ ਨਹੀਂ ਦੇਖੋ ਜਿਸ ਤਰ੍ਹਾਂ ਦੀ ਸਟੇਟਮੈਂਟ ਕੱਲ ਜੈ ਸ਼ੰਕਰ ਹੋਰਾਂ ਦੀ ਆਈ ਹੈ ਜੀ ਵਾਕਿਆ ਇਹ ਰਿਸ਼ਤੇ ਹੁਣ ਉਸ ਦੌਰ ਦੇ ਵਿੱਚ ਚਲੇ ਗਏ ਆ ਕਿ ਛੇਤੀ ਕੀਤੇ ਆ ਨੇੜਲੇ ਭਵਿੱਖ 'ਚ ਤੇ ਇਹਨਾਂ 'ਚ ਸਭ ਕੁਝ ਨਾਰਮਲ ਹੋ ਜਾਏਗਾ ਇਹ ਗੁੰਝਾਸ਼ ਬਾਚਦੀ ਨਹੀਂ ਹੈ ਜੀ ਕਿਉਂਕਿ ਜੈ ਸ਼ੰਕਰ ਜੀ ਕੱਲ ਕਹਿ ਗਏ ਨੇ ਕਿ ਜਦੋਂ ਤੱਕ ਸਾਡੇ ਉੱਥੇ ਡਿਪਲੋਮੈਟਸ ਅਸੁਰੱਖਿਅਤ ਨੇ ਜੀ ਉਹਨਾਂ ਨੂੰ ਸੁਰੱਖਿਆਤਾ ਨਹੀਂ ਕੀਤਾ ਜਾਂਦਾ ਵਧੀਆ ਮਾਹੌਲ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਵੀਜ਼ਾ ਸਵਾਮਾ ਬਾਹਲ ਨਹੀਂ ਕਰਾਂਗੇ ਜੀ ਯਾਨੀ ਇੰਡੀਆ ਹੁਣ ਮਤਲਬ ਕਿ ਕੰਡੀਸ਼ਨ ਰੱਖ ਰਿਹਾ ਹੈ ਕਿ ਪਹਿਲਾਂ ਤੁਸੀਂ ਆਹ ਕੰਮ ਕਰੋ ਫਿਰ ਅਸੀਂ ਵੀਜ਼ਾ ਸਵਾਮਾ ਬਾਹਲ ਕਰ ਦੇਵਾਂਗੇ ਦੂਜੀ ਚੀਜ਼ ਫਿਰ ਰੌਲਾ ਪੈ ਗਿਆ ਜਿਹੜੇ ਡਿਪਲੋਮੈਟਸ ਕੱਢੇ ਸੀ ਉਧਰ ਗੋਰਿਆਂ ਦੇ ਜਿਹੜੇ ਆਪਣੇ ਤੁਹਾਨੂੰ ਪਤਾ ਭਰਾ ਨੇ ਜਿਹੜੇ ਉਹ ਉਹ ਵੀ ਬੋਲ ਪਏ ਬ੍ਰਿਟਾ ਜਿਹੜੇ ਆਗੇ ਸੀ ਬਰਤਾਨੀਆਂ ਵਾਲੇ ਤੇ ਦੂਸਰੇ ਪਾਸੇ ਯੂ ਐਸ ਵਾਲੇ ਵੀ ਜੀ ਤੇ ਆਫੀਸ਼ੀਅਲੀ ਤੇ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਹੈ ਇਹਨਾਂ ਨੇ ਗਾਂਹ ਹਵਾਲਾ ਦਿੱਤਾ ਕਿ ਆ ਰੂਲ ਨੰਬਰ ਇਹਨਾਂ ਆ ਮਤਲਬ ਕਿ ਬਰਾਬਰ ਗਿਣਤੀ ਕਰਨ ਦਾ ਭਾਈ ਵੇਖ ਲਓ ਉੱਥੇ ਲਿਖਿਆ ਜੀ ਇਹ ਕੋਈ ਵਿਆਨਾ ਕਨਵੈਨਸ਼ਨ ਦਾ ਉਲੰਘਣ ਨਹੀਂ ਜੇਗਾ ਜੀ ਮਤਲਬ ਕਿ ਜਦੋਂ ਇਸ ਤਰ੍ਹਾਂ ਦੇ ਦੋਸ਼ ਲੱਗਣ ਕਿ ਵਿਆਨਾ ਕਨਵੈਨਸ਼ਨ ਦਾ ਉਲੰਘਣ ਕਰ ਰਿਹਾ ਕੋਈ ਮੁਲਕ ਇਹ ਕਹਿਣ ਕਿ ਸਾਡੇ ਡਿਪਲੋਮੈਟਸ ਉੱਥੇ ਸੁਰੱਖਿਅਤ ਨਹੀਂ ਤੇ ਫਿਰ ਰਿਸ਼ਤੇ ਤੇ ਰਾਤੋਂ ਰਾਤ ਮੈਨੂੰ ਨਹੀਂ ਲੱਗਦਾ ਠੀਕ ਹੋਣਗੇ ਤੇ ਹੁਣ ਇਹ ਸਾਰੇ ਮਾਹਰ ਕਹੀ ਜਾਂਦੇ ਆ ਜਿਹੜੇ ਆ ਇਮੀਗ੍ਰੇਸ਼ਨ ਦੇ ਮਾਹਰ ਨੇ ਉਹ ਕਹਿੰਦੇ ਆ ਕਿ ਬਈ ਪੰਜਾਬੀਆਂ ਤੇ ਇਹ ਅਸਰ ਅੰਦਾਜ਼ ਕਰੇਗਾ ਮਾਮਲਾ ਮਤਲਬ ਖਾਸ ਤੌਰ ਤੇ ਸਟੂਡੈਂਟ ਨੇ ਜਿਸ ਤਰ੍ਹਾਂ ਕਿ ਉਹਨਾਂ ਦੀ ਜਿਹੜੀ ਕੈਲਕੂਲੇਟਿੰਗ ਪ੍ਰੋਸੈਸਿੰਗ ਸਪੀਡ ਆ ਕਿ ਕੋਈ ਵੀ ਆਪਾਂ ਫਾਈਲ ਜਿਹੜੀ ਪ੍ਰੋਸੈਸ ਚ ਹੀ ਪਾਨੇ ਆ ਨਾ ਜੀ ਜਦੋਂ ਲਾਉਨੇ ਆ ਤਾਂ ਉਹ ਜਿਹੜੀ ਫਾਈਲ ਚੱਲਦੀ ਆ ਉਹ ਸਲੋ ਹੋ ਜਾਏਗੀ ਇਹ ਵਿਪਤਾ ਆ ਜਾਏਗੀ ਹਾਂਜੀ ਕਿਉਂਕਿ ਮੈਨ ਪਾਵਰ ਘਟ ਗਈ ਹੈ ਕਿਸੇ ਦਾ ਜਿਹੜਾ ਟਾਈਮ ਟੂ ਟਾਈਮ ਵੱਧਨੇ ਵੱਧਨੇ ਹੈ ਹਾਂਜੀ ਬਿਲਕੁਲ ਤੇ ਉਹ ਵਰਕ ਲੋਡ ਵਧੇਗਾ ਹੁਣ ਹਾਂਜੀ ਬਹੁਤ ਜ਼ਿਆਦਾ ਵਰਕ ਲੋਡ ਵਧੇਗਾ ਫਿਰ ਅੱਗੇ ਚੰਡੀਗੜ੍ਹ ਚਲੇ ਜਾਂਦੇ ਸੀ ਹੁਣ ਚੰਡੀਗੜ੍ਹ ਦੀ ਬਜਾਇਜ਼ ਜਾਣਾ ਵੀ ਦਿੱਲੀ ਪਾਏਗਾ ਤੇ ਸਟੂਡੈਂਟਸ ਦਾ ਲਾਲੋ ਇੰਨਾ ਜ਼ਿਆਦਾ ਹੈ ਕਿ ਮੈਂ ਅੰਕੜਾ ਪੜ ਰਿਹਾ ਸੀ 2022 ਦਾ ਜੀ ਕਿ ਸ਼ਾਇਦ 2 ਲੱਖ 26000 ਸਟੂਡੈਂਟ ਉੱਥੇ ਪਹੁੰਚਿਆ ਜਿਹਦੇ ਚੋਂ ਆਪਾਂ ਇੰਡੀਆ ਚ ਦੇਖੀਏ ਤੇ 136000 ਰੁਪਏ 136000 ਸਟੂਡੈਂਟ ਤੇ ਸਾਡਾ ਆ ਪੰਜਾਬ ਦਾ ਹੀ ਆ ਜੀ ਯਾਨੀ ਅੱਧੋਂ ਵੱਧ ਤਾਂ ਪ੍ਰਭਾਵਤ ਤੇ ਫਿਰ ਆਪਣੇ ਪੰਜਾਬੀ ਬੱਚੇ ਬੱਚੀਆਂ ਹੋਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਇਹ ਪ੍ਰਭਾਵ ਲੰਬੇ ਸਮੇਂ ਤੱਕ ਬਣਿਆ ਵੀ ਰਹਿ ਸਕਦਾ ਕਿਉਂਕਿ ਉਮੀਦ ਘਟਿਆ ਹੁਣ ਗੁੰਜਾਇਸ਼ ਘਟਿਆ ਕਿ ਰਿਸ਼ਤੇ ਜਿਹੜੇ ਸੁਧਰ ਜਾਣਗੇ ਖਾਸ ਤੌਰ ਤੇ ਜਦੋਂ ਤੱਕ ਕਿ ਦੋਵੇਂ ਪ੍ਰਧਾਨ ਮੰਤਰੀ ਹੈਗੇ ਆ ਕਿਉਂਕਿ ਇੰਡੀਆ ਮੈਨੂੰ ਇਹ ਲੱਗਦਾ ਕਿ ਕੈਨੇਡਾ ਚੁੱਕਣ ਲਈ ਤਿਆਰ ਨਹੀਂ ਤੇ ਇੰਡੀਆ ਕਹਿੰਦਾ ਕਿ ਮੈਂ ਵੀ ਨਹੀਂ ਜੀ ਮਤਲਬ ਕਿ ਹੁਣ ਤਾਂ ਮਾਮਲਾ ਅੜ ਫਸਾਲਾ ਜੀ ਕਿ ਇੰਡੀਆ ਵੀ ਕੈਨੇਡਾ ਦੇ ਅੱਗੇ ਚੁੱਕਣ ਵਾਸਤੇ ਮਤਲਬ ਕਿ ਜਾਂ ਚੁੱਕਣ ਦਾ ਮਤਲਬ ਇਹੀ ਹੈ ਕਿ ਭਾਈ ਕੋਈ ਵੀ ਮਾੜਾ ਮੋਟਾ ਨਰਮ ਗੋਸ਼ਾ ਬਖਾਉਣ ਦੇ ਰੌਚ ਨਹੀਂ ਹੈਗਾ ਜੀ ਜੀ ਜੀ